बोलना। दादा परिताम दादा मीटिंग पिंड वालियो असि ये वादा करते हैं कि असि बहुत जल्द बिछना जीत के तेरे पिंड का विकास करूंगा। पिंड वासियो तेरे को बेनती करना भी राजना भी जल्दी विवाह करा के अपनी घर दी नु सरपंच जी बनाऊंगा। शराबी बंदे दा कभी विवाह नहीं हुंदा, ए गल्ल च कदे कदे बुड्ढे बंदे दा कभी विवाह नहीं हुंदा, ए तुहानू सारयां नू पता। बुढ़िया दे दो दो भी हो जांदे ए टिक्का। बुढ़िया नकी ए पिंड वालों सत सदी गई सी ना की तां ले लियां। जे तुसीं दसां दिन दे विवाह कर दे ते तुहाडा पोता ते टाइम हैगा नहीं ते नहीं। चलो भीरिया आप फिर तैयारियां करदे आओ, मेरे बंदे आ जाण। आ जाओ मेरी विरोधी पार्टी भी खड़ी हुई है, मैं चाहना तुसी मेनू जिता दो। कोई गल नहीं जी, अपने किदां गल करां अब। ਤੁਸੀਂ ਆਪਣੇ ਘਰ ਵਾਲੇ ਨੂੰ ਤਲਾਕ ਦੇ ਦਿਓ, ਮੇਰੇ ਨਾਲ ਵਿਆਹ ਕਰਾ ਲਓ, ਤੁਹਾਨੂੰ ਮੈਂ ਸਰਪੰਚ ਨਹੀਂ ਖਿਲਾਰ ਦੂੰਗਾ, ਫਿਰ ਆਪਾਂ ਜਿੱਤੇ ਲਓ ਪੈਸਾ ਹੀ ਪੈਸਾ। ਤੇਰੇ ਵਰਗਾ ਨਾ ਇੱਕ ਪਹਿਲਾਂ ਵੀ ਆਇਆ ਸੀ, ਚੰਗਾ ਖੜਕਾ ਕੇ ਘੱਲਿਆ ਮੇਰੇ ਹਸਬੈਂਡ ਨੇ, ਤੇ ਹੁਣ ਤੂੰ ਵੀ ਲੱਗਦਾ ਜੁੱਤੀਆਂ ਦਾ ਪ੍ਰਬੰਧ ਕਰਕੇ ਆਇਆ। ਜੇ ਕੋਈ ਰਾਜ ਨਹੀਂ ਮੇਰਾ ਮੈਂ ਵੀ ਮੇਰੇ ਆਇਆ ਪਤਾ ਮੇਰੀ ਕੁਛ ਨਹੀਂ ਆਈ ਵਗ ਜਾ, ਤੈਨੂੰ ਵੱਢ ਕੇ ਨਹੀਂ ਥੱਲੇ ਦੇ ਦੂੰਗੀ ਮੈਂ ਮੈਨੂੰ ਸਾਲੇ ਅਮਲੀ ਹੋਣੀ ਕਿੱਥੇ ਬਹਿ ਜਾਂਦੇ ਹਨ ਕਿ ਰਸਤੇ। ਇੱਧਰ ਤੂੰ ਕਿੱਧਰ ਆ? मैं जी अपने वोटां बारे खलोता वा, बंदे बुंदे कठे करने हैं। तो मैं बंदे कठे करने हैं, मैं ओ थोड़ा सोचन दिया भी मेनू पता दसिया तेन साथ च आपां सुणे ही आ। ओ तू विरोधी बंदा, मैं तन्ना क्यों गल करा? ओए गल तां सुन ले पूरी, विरोधी ते तू ही आ मेरा। तो तू भी विरोधी आ? मैं कहण लगा वा साथ च आपां सुणिया ना, ओ कहंदी आ भी कोई जनानी रहो फिर सरपंच नहीं खलो सकदी है, ते तुसीं फिर सरपंच बनना भी ब्याह करवाउणा पैणा। इधर गया वा तू, इधर किधर गया? मैं इधर सरपंच ही लभण गया हां। यार मिल तां गई आ, ਪਤਾ ਘਰ ਵਾਲਾ ਬੜਾ ਸ਼ਰੀਫ ਜਿਹਾ। ਅੱਛਾ ਘਰ ਵਾਲਾ ਬਹੁਤ ਸ਼ਰੀਫ ਆ। ਮੈਨੂੰ ਦੋਹਾਂ ਜੀਆਂ ਦਾ ਪਿਆਰ ਨਹੀਂ ਵੇਖਿਆ ਗਿਆ। ਅੱਛਾ ਤੇ ਮੈਂ ਨਾ ਕਰ ਆਇਆ ਯਾਰ, ਮੈਂ ਕਿਹਾ ਜਾਂ ਮੈਂ ਸਰਪੰਚ ਨਹੀਂ ਬਣਾਉਣਾ ਤੈਨੂੰ। ਤਿਆਗ ਦੇਤਾ? ਮੈਂ ਤਿਆਗ ਦੇਤਾ, ਪਿਆਰ ਹੈ ਨਾ ਦੋਹਾਂ ਦਾ ਜੀਆਂ ਦਾ, ਇੰਨਾ ਹੀ ਪਿਆਰ ਹੈ ਮੈਨੂੰ। ਉਹ ਤੈਨੂੰ ਨਾ ਹੋ ਗਈ ਹੋਣੀ ਆ। ਨਹੀਂ ਨਹੀਂ ਮੈਂ ਨਾ ਕਰਕੇ ਆਇਆ। ਤੂੰ ਨਾ ਕਰਕੇ ਆਇਆ? ਮੈਂ ਨਾ ਕਰਦੇ, ਮੈਂ ਮਾਰਦਾ ਟਰਾਈ ਕੀ ਉਧਰ ਮੈਂ ਜਾਣਾ। ਅੱਛਾ ਵੇਖੀ ਹਾਂ ਕਰਾ ਕੇ ਛੱਡੂ? ਉਹ ਤੂੰ ਵੀ ਨਾ ਕਰਨੀ ਹੂੰ। ਉਹ ਨਹੀਂ ਨਹੀਂ ਆ ਸ਼ਕਲ ਵੇਖ, ਤੇ ਆ ਸ਼ਕਲ ਵੇਖ ਸ਼ਰਾਬੀ ਕੁਆਬੀ ਸਿਰੇ ਦਾ। ਆ ਫਿਰ ਜੋ ਕਰਾ ਤੈਨੂੰ ਹਾਂ ਕਰ ਹੀ ਦੇਣੀ ਆ। ਵੇਖਿਆ ਸੋਹਣਾ ਹੈਗਾ ਵਾ, ਬੁੱਢਾ ਕਵਰ ਚ ਲੱਤਾਂ। ਕੀ ਮਤਲਬ? ਨਹੀਂ ਮੈਂ ਕਿਹਾ ਵਧੀਆ ਸੋਹਣਾ ਜਵਾਨ ਹੈਗਾ ਤੂੰ। ਵੇਖੀ ਹਾਂ ਕਰਾ ਕੇ ਛੱਡੂ? ਕਰਾਇਆ ਹਾਂ। ਤੂੰ ਇੱਥੇ ਖਲੋਈ ਜਾਈ ਨਾ। ਨਾ ਨਾ ਮੈਂ ਨਹੀਂ ਜਾਂਦਾ। ਆਹ ਕੀ ਹੋ ਗਿਆ? ਓਏ ਬੜਾ ਤੜਿਆ ਗਿਆ ਉਧਰ, ਨਹੀਂ ਬਣ ਕੇ ਸ਼ੇਰ ਗਿਆ ਤੇ ਆਇਆ ਕੁੱਤਾ ਬਣ ਕੇ। ਆ ਬਾ ਕੀ ਮੈਨੂੰ ਠੱਡਾ ਲੱਗ ਕੇ ਮੈਂ ਡਿੱਗ ਪਿਆ। ਠੱਡਾ ਨਹੀਂ ਲੱਗਾ, ਠੋਕਰ ਵੱਜੀ ਹੋਣੀ ਬੜੀ ਤਗੜੀ। ਮੈਂ ਗਿਆ ਹੀ ਨਹੀਂ। ਨਹੀਂ ਸਰਪੰਚ ਜੀ ਨੇ ਪੱਕੀ ਹੋ ਗਈ ਹੋਣੀ ਆ, ਨਹੀਂ ਤੂੰ ਤੇ ਹਾਂ ਕਰਨ ਗਿਆ। ਹਾਂ ਮੈਨੂੰ ਜਾਇਦਾ ਠੀਕ ਨਹੀਂ ਰਹਿੰਦੀ ਉਹ ਤਾਂ ਠੀਕ ਆ, ਆਪਾਂ ਹੀ ਠੀਕ ਰਹਿੰਦੇ। ਤੇ ਮੈਂ ਦੱਸ ਉਧਰੋਂ ਨਾ ਉਧਰੋਂ ਹੀ ਤੇ ਤੇਰੇ ਲੋ ਹੀ ਆ ਮੇਰੇ ਲੋ। ਆ ਬਸ ਇਹਦਾ ਮਤਲਬ ਠੱਪੇ ਚੰਗੀ ਲੱਗੇ ਆ। ਇਹ ਦੱਸ ਮੇਰੀ ਟੱਲੀ ਰੀਝ ਨਾਲ ਖੜਕਾਈ ਆ ਕਿ ਕੋਈ ਕਸਰ ਰਹਿ ਗਈ ਆ? ਵਾਜਾ ਰੀਝ ਨਾਲ ਵੱਜਿਆ ਸੀ? ਵਾਜਾ ਤੇ ਬੜੀ ਤਰ੍ਹਾਂ ਦਾ ਵੱਜਿਆ, ਸਾਲਿਆਂ ਨੇ ਟੈਸ਼ਨ ਬਦਲ ਬਦਲ ਕੇ ਮਾਰਿਆ। ਸਾਲੇ ਨੇ ਕਿੰਨੇ ਮਤਲਬ? ਉਹਦੇ ਘਰ ਵਾਲੇ ਨੇ। ਅੱਛਾ ਤੈਨੂੰ ਉਹਨੇ ਕੁੱਟਿਆ? ਉਹਨੇ ਵਾਜਾ ਰੀਝ ਨਾਲ ਵਜਾਇਆ। ਵਾਜਾ ਰੀਝ ਨਾਲ ਵਜਾ? ਹਾਂ ਤੇਰੀ ਟੱਲੀ ਦਾ ਸੁਣਾ। ਮੇਰੀ ਟੱਲੀ ਤਾਂ ਉਹਦੀ ਘਰ ਵਾਲੀ ਨੇ ਵਜਾਤੀ, ਬਹੁਤ ਕੁੱਟਿਆ। ਕਿੰਨੀ ਖੜਕਾਈ ਆ? ਬਹੁਤ ਬੜਾ ਬੁਰਾ ਹਾਲ ਮਾਰਿਆ। ਕਿੰਨੀਆਂ ਵੋਟਾਂ ਪਈਆਂ ਤੈਨੂੰ? ਪੰਜ ਪਈਆਂ, ਇੱਕ ਬੜੀ ਜ਼ਬਰਦਸਤ ਪਈ ਲਾਸਟ ਤੇ, ਚਾਰ ਤੇ ਆਸਤੇ ਆਸਤੇ ਪਈਆਂ। ਤੂੰ ਸੁਣਾ ਤੈਨੂੰ ਕਿੰਨੀਆਂ ਪਈਆਂ? ਮੇਰੀ ਗਿਣਤੀ ਨਹੀਂ ਹੋਈ। ਅੱਛਾ ਟੱਲੀ ਵਾਲਾ ਮਤਲਬ ਰੀਜਨ ਖੜਕਾਈ ਗਈ ਹੈਗੇ? ਮੇਰੇ ਤੇ ਵੋਟਾਂ ਨਾਲ ਬਾਕਸ ਹੀ ਭਰਤਾ। ਆਏ ਠੱਪੇ ਲੱਗੇ ਤੇ ਆ ਠੋਕਾ ਲੱਗਾ? ਮੇਰੇ ਠੱਪੇ ਲੱਗੇ? ਆਏ ਤੇਰੇ ਠੱਪੇ ਲੱਗੇ ਆ ਵੀਰਿਆ? ਮੇਰੇ ਵੋਟਾਂ ਪਈਆਂ ਸੀ। ਬੜਾ ਬੁਰਾ ਹਾਲ ਹੋਇਆ ਜੀ, ਮੈਂ ਹਿੰਮਤ ਨਹੀਂ ਹਾਰਨੀ। ਤੂੰ ਹਿੰਮਤ ਨਹੀਂ ਹਾਰਨੀ? ਮੈਂ ਆਪਣੇ ਬੰਦੇ ਨੂੰ ਕਹਿਤਾ, ਮੈਂ ਕਿਹਾ ਸਰਪੰਚ ਜਿਹਦੇ ਵੱਲੋਂ ਵੋਟਾਂ ਤੁਸੀਂ ਲੈਣ ਜਾਣੀਆਂ ਨਾ ਤੁਸੀਂ ਜਾਣਾ, ਮੈਨੂੰ ਵੋਟਾਂ ਬੜੀਆਂ ਵੱਧ ਪੈਂਦੀਆਂ, ਮੇਰੀਆਂ ਵੋਟਾਂ ਜ਼ਿਆਦਾ ਹੁੰਦੀਆਂ ਨਾ। ਚੰਗਾ ਦੋ ਮੈਂ ਚੱਲਦਾ ਫਿਰ। ਠੀਕ ਹੈ ਜਾ। ਚੰਗਾ ਆਏ ਆਏ ਕਿੱਦਾਂ ਚੂਲਾ ਚਾਲਾ? ਠੀਕ ਹੈ ਜਾ। ਗੱਲ ਇੱਦਾਂ ਵਾ ਵੀ ਤੁਹਾਨੂੰ ਜਾਣ ਕੇ ਖੁਸ਼ੀ ਹੋ ਗਈ। ਤਾੜੀਆਂ! ਖੁਸ਼ੀ ਤੋਂ
खोल लेंगे, ताड़ियां पहले गए थे। अपने पंजाब सरकार के हुक्म अनुसार ते पंचायत मंत्री के अनुसार ऐतकी जिहड़ा अपना पिंड है तुहाडा पिंड रिजर्व कोटे च आ गया। अपने पिंड इस बार जिहड़ी आ चोण आ रिजर्व कोटे दे विच लेडीज आ औरत ਕਾਲੀ ਗਾਨੀ ਮਿੱਤਰਾ ਦੀ ਰਤੀ ਟੁੱਟਦੀ ਤੇ ਉਹ ਆਪਾਂ ਨੂੰ ਲੱਭੀ ਨਹੀਂ ਨਾ ਜਿਹਨੇ ਪਿਆਰ ਕਰਾਈਦਾ ਵਾ ਜਿਹਨੂੰ ਤਾਕੇ ਲਿਆਈਦਾ ਵਾ ਉਹ ਜਨਾਨੀ ਜਨਾਨੀ ਬੋਤੀ 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 ਇਹ ਕਹਿੰਦਾ ਚਾਹ ਬਣਾ ਕੇ ਆਈਦੀ ਆ ਜਨਾਨੀ ਕਹਿੰਦੇ ਜਿਹੜੀ ਬੋਤੀ 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 ਤੱਕ ਕੇ ਨਾ ਬਿਥਣਾ ਸਰਪੰਚ ਬਣ ਸਕਦਾ ਤੇ ਨਾ ਬੀੜਾ ਸਰਪੰਚ ਬਣ ਸਕਦਾ ਇਸ ਕਰਕੇ ਪਿੰਡ ਵਾਲਿਆਂ ਨੇ ਪ੍ਰਧਾਨ ਮੰਤਰੀ ਦੇ ਨਾਲ ਪਿੰਡ ਦੇ ਵਿੱਚ ਮੈਡਮ ਥੋਕ ਨੂੰ ਸਰਪੰਚ ਦੀ ਘੋਸ਼ਿਤ ਕਰ ਦਿੱਤਾ ਵਾ गोंगलू जा किदा कित्थे लुकी रहा गी मैं तह दिलों इस पिंड निवासियों का धन्यवाद करती हाँ जिन्होंने मैं इस योग चुनिया तो मैं इस पिंड की सरपंचनी बनाया तो मैं इस स्टेज से अपने घर वाले को बुलाना चाहवागी गोंगलू जाया बिछने दो बिल्लियां की लड़ाई च बंदर फायदा ले गया।